ਸਥਾਨਕ ਸ਼ਹਿਰ ਦੇ ਨਾਮਵਰ ਪੈਟਰੋਲ ਪੰਪ ਤੇ ਠੱਗਾਂ ਵੱਲੋਂ ਅਨੋਖੇ ਢੰਗ ਨਾਲ ਠੱਗੀ ਕਰਨ ਦਾ ਸਮਾਚਾਰ ਪ੍ਰਾਪਤ ਹੈ। ਸੂਤਰਾਂ ਮੁਤਾਬਕ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਦੋ ਵਿਅਕਤੀ ਉਨ੍ਹਾਂ ਦੇ ਪੈਟਰੋਲ ਪੰਪ ਤੇ ਆਏ ਤੇ ਆਖਿਆ ਕਿ ਅਸੀਂ ਰੇਲਵੇ ਦੇ ਠੇਕੇਦਾਰ ਹਾਂ ਅਤੇ ਸਾਡਾ ਇੱਥੇ ਕੰਮ ਚੱਲ ਰਿਹਾ ਹੈ, ਜਿਸ ਲਈ ਸਾਨੂੰ ਡੀਜ਼ਲ ਚਾਹੀਦਾ ਹੈ। ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਕਿਸੇ ਮੋਤਵਾਰ ਵਿਅਕਤੀ ਦੀ ਜ਼ਿੰਮੇਵਾਰੀ ਦਵਾ ਦਿਓ ਅਸੀਂ ਅਤੇ ਜਿੰਨਾ ਮਰਜ਼ੀ ਤੇਲ ਲੈ ਜਾਵੋ। ਫਿਰ ਇਹ ਸ਼ਾਮ ਨੂੰ 5:30 ਵਜੇ ਪੈਟਰੋਲ ਪੰਪ ਤੇ ਆਏ ਅਤੇ ਆਪਣੇ ਨਾਲ ਦੋ ਛੋਟੇ ਹਾਥੀ ਅਤੇ ਇੱਕ ਕਾਰ ਤਪਾ ਤੋਂ ਹੀ ਕਿਰਾਏ ਤੇ ਲੈ ਕੇ ਆ ਗਏ। ਇਹਨਾਂ ਨੇ 1400 ਲੀਟਰ ਡੀਜ਼ਲ ਤੇਲ ਪਾ ਦਿੱਤਾ। ਇਸ ਵੇਲੇ ਇੱਕ ਇਹ ਛੋਟਾ ਹਾਥੀ ਲੈ ਕੇ ਚਲੇ ਗਏ, ਜਦੋਂ ਕਿ ਦੂਜਾ ਛੋਟਾ ਹਾਥੀ ਅਤੇ ਕਾਰ ਪੰਪ ਤੇ ਖੜੀ ਰਹਿ ਗਈ। ਪੈਟਰੋਲ ਪੰਪ ਮਾਲਕ ਦਾ ਕਹਿਣਾ ਹੈ ਕਿ ਜਦੋਂ ਉਹ ਕਾਫ਼ੀ ਦੇਰ ਨਹੀਂ ਆਏ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ 1400 ਲੀਟਰ ਡੀਜ਼ਲ ਦੀ ਉਹਨਾਂ ਨਾਲ ਠੱਗੀ ਵੱਜੀ ਹੈ। ਇਸ ਅਨੋਖੀ ਠੱਗੀ ਦੀ ਸ਼ਹਿਰ ਅੰਦਰ ਕਾਫ਼ੀ ਚਰਚਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਕਚੁਅਲੀ ਵੀ ਇਹ ਦੋ ਬੰਦੇ ਦੁਪਹਿਰ ਦੇ ਟਾਈਮ 'ਤੇ ਆਏ, ਅਸੀਂ ਰੇਲਵੇ ਦੇ ਠੇਕੇਦਾਰ ਹਾਂਗੇ, ਅਸੀਂ ਤੇਲ ਲਿਆਉਣਾ ਚਾਹੁੰਦੇ ਹਾਂਗੇ, ਤੇਲ ਲੈ ਜਾਓ ਜਿੰਨੀ ਜ਼ਰੂਰਤ ਹੈਗੀ ਤੁਹਾਨੂੰ। ਉਹਨਾਂ ਨੇ ਬਲਕਿ ਇਹ ਕਿਹਾ ਵੀ ਅਗਰ ਪੈਸੇ ਥੋੜ੍ਹੇ ਜਾਣੇ ਸੀ, ਕਿਹਾ ਵੀ ਤੁਸੀਂ ਸਿਕਿਉਰਿਟੀ ਦਵਾ ਦਿਓ ਤੱਪੇ ਦੇ ਵਿੱਚੋਂ ਤਾਂ ਅਸੀਂ ਦੇ ਦਿਆਂਗੇ। ਉਸ ਤੋਂ ਬਾਅਦ ਉਹ 5 ਵਜੇ ਆਏ ਨੇ। 5 ਵਜੇ ਆ ਕੇ ਕੈਂਟਰ ਛੋਟਾ ਹਾਥੀ ਸੀ ਜਿਹੜਾ ਉਹ ਪੰਪ 'ਤੇ ਲਾਤਾ, ਦੋ ਹਾਥੀ ਲੈ ਕੇ ਆਏ ਸੀ, ਇਹ ਇੱਕ ਸਾਈਡ 'ਤੇ ਖੜਾ ਕਰਤਾ, ਕਾਰ 'ਤੇ ਆਏ ਨੇ। ਇਹ ਤਿੰਨੋਂ ਹੀ ਚੀਜ਼ਾਂ ਇਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ 100 ਰੁਪਏ ਤੋਂ ਕਿਰਾਏ 'ਤੇ ਕੀਤੀਆਂ ਹੋਈਆਂ ਸੀ। ਇੱਕ ਕੈਂਟਰ ਦੇ ਵਿੱਚ ਤੇਲ ਪਵਾ ਕੇ ਲੈ ਗਏ ਨੇ ਉਹ, ਅਤੇ ਦੂਜਾ ਕਹਿੰਦੇ ਅਸੀਂ ਢੋਲ ਆਉਂਦੇ ਨੇ ਖਾਲੀ, ਉਹ ਫਿਰ ਭਰਾਉਣੇ ਪੇਮੈਂਟ ਫਿਰ ਦੇ ਦਿੰਦੇ ਹਾਂ। ਉਸ ਤੋਂ ਭਰਾ ਕੇ ਉਹ ਨਿਕਲ ਗਏ ਨੇ, ਅਤੇ ਉਹਦਾ ਪਤਾ ਨਹੀਂ ਲੱਗਿਆ, ਪਤਾ ਨਹੀਂ ਲੱਗ ਸਕਿਆ ਵੀ ਕਿੱਥੇ ਗਏ ਕੀ ਨਹੀਂ, ਬਗੈਰ ਪੇਮੈਂਟ ਤੋਂ ਨਿਕਲ ਗਏ ਨੇ। ਛੋਟਾ ਹਾਥੀ ਇੱਕ ਸਫੇ ਇੱਥੇ ਪੰਪ 'ਤੇ ਖੜ੍ਹਾ ਰਿਹਾ, ਕਾਰ ਵੀ ਖੜ੍ਹੀ ਰਹੀ, ਉਹ ਵੀ ਵੇਟ ਕਰਦੇ ਰਹੇ, ਅਤੇ ਹਾਲੇ ਤੱਕ ਉਹਨਾਂ ਦਾ ਕੋਈ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈਗੀ, ਹਾਲੇ ਤੱਕ ਮਿਲੇ ਨਹੀਂ।